ਅਸਲਾਮ ਅਲੈਕੁਮ, ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਸ਼ਕੀਲ ਪੰਜਾਬੀ ਅਤੇ ਤੁਸੀਂ ਸਾਡੇ ਇੱਥੇ ਪੈ ਸਰੈਕੀ ਗੱਪ ਸ਼ਪ। ਅੱਜ ਦੇ ਸਾਡੇ ਮਹਿਮਾਨ ਹਨ ਅਹਿਸਾਨ ਜਾੜਾ ਸਾਹਿਬ, ਜਿਨ੍ਹਾਂ ਦਾ ਤਾਲੁਕ ਹੈ ਕੱਛੀ ਪੀਰਾ ਸਾਹਿਬ ਨਾਲ। ਇਹਨਾਂ ਨਾਲ ਦਿਲਚਸਪ ਗੁਫ਼ਤਗੂ ਕਰੇ ਸੂ ਅਤੇ ਤੁਹਾਡੀ ਖਿਦਮਤ ਵਿੱਚ ਪੇਸ਼ ਕਰੇ ਸੂ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਅਹਿਸਾਨ ਸਾਹਿਬ, ਅਲਹਮਦੁਲਿਲਾ ਜੀ, ਅੱਲਾ ਦਾ ਕਰਮ ਸ਼ਕੀਲ ਬਾਈ। ਇਹ ਤੁਹਾਂ ਕੁੱਕਣਾ ਦਾ ਸ਼ੌਕ ਕਦੋਂ ਕੋਲ ਲੱਗਾ ਹੈ? ਸ਼ਕੀਲ ਬਾਈ, ਫਸਟ ਆਫ ਆਲ ਮਤਲਬ ਬਿਸਮਿਲ੍ਲਾਹ ਰਹਿਮਾਨ ਰਹੀਮ, ਸ਼ੁਰੂ ਅੱਲਾਹ ਤਾਲਾ ਕੇ ਨਾਮ ਸੇ ਜੋ ਬੜਾ ਮਿਹਰਬਾਨ ਔਰ ਨਿਹਾਇਤ ਰਹਿਮ ਕਰਨੇ ਵਾਲਾ ਹੈ। ਸ਼ਕੀਲ ਬਾਈ, ਮਤਲਬ ਹਰ ਇਨਸਾਨ ਕੋਲ ਨਾ ਮਤਲਬ ਬਚਪਨ ਕੋਲ ਉਹ ਕਹਿ ਨਾ ਕਹਿ ਸ਼ੌਕ ਵਿੱਚ ਮੁਬਤਲਾ ਹੋਵੇ, ਕਹਿ ਮਤਲਬ ਕਿਹੜੀ ਸ਼ਾਇਦ ਸ਼ੌਕ ਹੁੰਦੀ ਹੈ, ਕਹਿ ਕੋਈ ਕਿਹੜੀ ਸ਼ਾਇਦ ਹੁੰਦੀ ਹੈ। ਬਸ ਸਭ ਉਹ ਬਚਪਨ ਕੋਲ ਮਤਲਬ ਕੁੱਕਣਾ ਦੀ ਸ਼ੌਕ ਹੀ ਹੈ ਅਤੇ ਮਤਲਬ ਲੱਗੇ ਰਹਿੰਦੇ ਅਸੀਂ ਮਤਲਬ ਛੋਟਾ ਟਾਈਮ ਹੀ ਮਤਲਬ ਬਚਪਨ ਉਸ ਟਾਈਮ ਕੁੱਕਣਾ ਤੇਰੇ ਨਸ਼ੇ ਬੁਝਦੇ, ਬੜਾ ਲੱਗੇ ਰਹਿੰਦੇ ਅਸੀਂ, ਕਹਿ ਲੈ ਦੇਸੀ ਚਾਹੀ ਰਹਿੰਦੇ ਅਸੀਂ, ਕਹਿ ਲੈ ਮਤਲਬ ਅਸੀਲ ਚਾਹੀਦੀ ਆ, ਕਹਿ ਲੈ ਰਲਾ ਮਿਲਾ ਚਾਹੀਦੀ ਆ, ਬੜਾ ਲੱਗੇ ਰਹਿੰਦੇ ਅਸੀਂ। ਬਸ ਇਹਦੇ ਵਿੱਚ ਤੁਹਾਡਾ ਕੋਈ ਉਸਤਾਦ ਹੈ ਕਿ? ਬਿਲਕੁਲ ਸ਼ਕੀਲ ਬਾਈ, ਉਸਤਾਦ ਦੇ ਬਗੈਰ ਤਾਂ ਮੈਂ ਆਖਦਾ ਕੋਈ ਫੀਲਡ ਇਨਸਾਨ ਕਾਮਯਾਬ ਨਹੀਂ ਜੇ ਤੱਕ ਹੁੰਦਾ ਕੋਈ ਉਸਤਾਦ ਨਾ ਹੋਵੇ, ਸਾਡੇ ਮਤਲਬ ਉਸਤਾਦ ਹੈ। ਬਸ ਸ਼ਕੀਲ ਬਾਈ, ਤਕਰੀਬਨ 2014 ਤੱਕ ਤਾਂ ਮੈਂ ਇਵੇਂ ਸ਼ੌਕ ਕੀਤੀ ਮਤਲਬ ਗੁਜ਼ਾਰੇ ਲੱਗ ਜਿਹੜੀ ਸ਼ੌਕ ਹੁੰਦੀ ਹੈ, 2015 ਮਤਲਬ ਥੋੜ੍ਹਾ ਮੈਂ ਤਜਰਬਾ ਥਿਆ ਸ਼ੌਕ ਵਿੱਚ ਮੈਂ ਰਿਹਾ, ਅਤੇ 2017 ਮਤਲਬ ਮੈਂ ਕੋਈ ਉਸਤਾਦ ਮਿਲ ਗਿਆ, ਉਸਤਾਦ ਮਤਲਬ ਫਰੀਦੁੱਲਾ ਨਾਇਸ ਫਰੀਦ ਮਸ਼ਹੂਰ ਹੈ ਵਜ਼ੀਰਿਸਤਾਨ ਕੋਲ, ਤਲੋ ਕੇ ਸੋਹਣੀ ਤੀ ਮੇਰੇ ਨਾਲ ਰਹਿੰਦਾ ਪੀ ਹੈ, ਅਤੇ ਜੇ ਮਤਲਬ ਮੁਰਗਬਾਜ਼ੀ ਉਹਨਾਂ ਮਤਲਬ ਨਾ 2017 ਕੋਲ ਬਾਅਦ ਮਤਲਬ ਮੈਂ ਉਸ ਨਾਲ ਤਲੋਕ ਥਿਆ, ਮੈਂ ਕੋ ਮਤਲਬ ਮੁਰਗਬਾਜ਼ੀ ਜਿਤਨੀ ਸਿਖਾਈ ਹੈ ਨਾ, ਮੈਂ ਇਸ ਮੁਕਾਮ 'ਤੇ ਪੁੱਛਿਆ ਤਾਂ ਉਸਤਾਦ ਫਰੀਦ ਪੁੱਛਿਆ ਅਤੇ ਅੱਲਾਹ ਤਾਲਾ ਉਸਨੂੰ ਮੈਂ ਹਮੇਸ਼ਾ ਖੁਸ਼ ਔਰ ਆਬਾਦ ਰੱਖੇ। ਉਹਦੇ ਬਾਅਦ ਮਤਲਬ ਇਹੀ ਉਸਤਾਦ ਹੈ ਮੇਰੇ ਮਾੜੇ ਜਾਣੇ ਤੁਹਾਡਾ ਤਾਲੁਕ ਹੈ ਅਬਦੁਲ ਮਾਲਿਕ ਨਾ ਇਸ ਮਾਲਿਕੇ ਦੇ ਮਸ਼ਹੂਰ ਹੈ, ਉਸਦੇ ਬਾਅਦ ਮੇਰੇ ਉਸਦੇ ਨਾਲ ਤਾਲੁਕ ਮਤਲਬ ਥੋੜ੍ਹਾ ਬੜਾ ਰਾਬਤਾ ਕੀਆ, ਉਸ ਵਕਤ ਮਤਲਬ ਮੈਦਾਨ ਦਾ ਮੇਰੇ ਉਸਤਾਦ ਉਹ ਹੈ। ਅੱਛਾ ਜੀ, ਆ ਮਾਲਿਕ ਉਸਤਾਦ ਮਾੜੇ ਜਾਣੇ ਬੁਲੰਦਾ ਤਾਲੁਕ, ਅੱਲਾਹ ਪਾਕ ਉਸ ਵੀ ਖੁਸ਼ ਔਰ ਆਬਾਦ ਰੱਖੇ। ਉਹ ਹੀ ਮੇਰੇ ਬਹੁਤ ਨਿਹਾਇਤ ਹੀ ਕਾਬਿਲ ਉਸਤਾਦ ਹੈ, ਉਸਤਾਦ ਫਰੀਦ ਬਹੁਤ ਅੱਛੇ ਮਤਲਬ ਉਸਤਾਦ ਹਨ, ਮੇਰੇ ਕਾਬਿਲ ਵੀ ਹਨ, ਤਜਰਬੇ ਹਨ, ਮੁਰਖ ਦੂਜੇ ਵੀ ਹਨ, ਮੁਰਖ ਬਾਜ਼ੀ ਦੀ ਉਹਨਾਂ ਦੇ ਅਸੂਲ ਵੀ ਆਉਣ ਉਹਨਾਂ ਕੋਲ, ਮਤਲਬ ਮੁਰਗਾਂ ਦੇ ਇਲਾਜ ਵਗੈਰਾ ਵੀ ਕਰ ਸਕਦੇ ਹਨ, ਸਮਝਾਉਂਦੇ ਵੀ ਹਨ ਕਿ ਕਿਹੜੇ। ਅੱਛਾ ਅੱਛਾ, ਇਹ ਜਿਹੜੇ ਬਿਮਾਰ ਥੀ ਨੇ ਕਿ ਨਾ ਤੇ ਬਿਮਾਰੀ ਆਵੇ ਜੀ, ਉਸਦੇ ਬਾਰੇ ਕੀ ਆਖ ਸੋ, ਇਹਨਾਂ ਕਿਹੜਾ ਟ੍ਰੀਟਮੈਂਟ ਹੈ ਇਹਨਾਂ ਦੇ? ਮਤਲਬ ਮੁਖਤਲਿਫ ਇਲਾਜ ਹੁੰਦੇ ਨੇ। ਅੱਛਾ, ਕਹਿ ਕੁਕਰ ਕੋ ਮਤਲਬ ਬੁਖਾਰ ਤਾਂ ਹੁੰਦਾ ਆਪਣਾ ਇਲਾਜ ਹੁੰਦੇ ਹਨ, ਕਹਿ ਕੋ ਨਜ਼ਲਾ ਜ਼ੁਕਾਮ ਤਾਂ ਹੁੰਦਾ ਆਪਣਾ ਇਲਾਜ ਹੁੰਦਾ, ਕਹਿ ਕੋ ਮਤਲਬ ਖੇਤੀ ਬਿਮਾਰੀ ਤਾਂ ਹੁੰਦੀ ਆਪਣਾ ਇੱਕ ਇਲਾਜ ਹੁੰਦਾ, ਅਤੇ ਅਲਹਮਦੁਲਿਲਾ ਅਸਾਂ ਇਲਾਜ ਮਿਲਾ ਜੀ ਆਪ ਖੁਦ ਕਰਦੇ ਰਹੇ, ਕੋਈ ਮੁਰੀ ਉਸਤਾਦ ਕੋ ਰਹਿਨੁਮਾਈ ਕਰ ਗਈ ਦਿੱਤੀ, ਅਲਹਮਦੁਲਿਲਾ ਇਹਨਾਂ ਕੋ ਪ੍ਰੋਟੋਕੋਲ ਜਿਹੜਾ ਹੁੰਦਾ ਖੁਦ ਹੀ ਦੇਣੇ ਰਹੇ। ਅੱਛਾ, ਇਹਨਾਂ ਦੀ ਖੁਰਾਕ ਕਿਹੜੀ ਇਸਤੇਮਾਲ ਕਰੇ ਨੇ? ਖੁਰਾਕ ਦੇਣਾ ਦੀ ਸ਼ਕੀਲ ਬਈ, ਮੈਂ ਅਗਰ ਬਹੁਤ ਜ਼ਿਆਦਾ ਗਰਮੀ ਹਨ ਤਾਂ ਮਤਲਬ ਹਰ ਬੰਦੇ ਦਾ ਇੱਕ ਆਪਣਾ ਇੱਕ ਤਰੀਕਾ ਕਾਰ ਹੁੰਦਾ, ਮਤਲਬ ਕੋਈ ਬੰਦਾ ਬਾਜਰਾ ਪੁਸਾ ਕੇ ਦਿੰਦਾ, ਚਾਹੇ ਕੋਈ ਕੇਸ਼ ਦਿੰਦਾ, ਕੋਈ ਕੇਸ਼ ਦਿੰਦਾ, ਹਰ ਇਨਸਾਨ ਦਾ ਮਤਲਬ ਇੱਕ ਆਪਣਾ ਲੈਣ ਆਪਣਾ ਇੱਕ ਹੁੰਦਾ ਤਰੀਕਾ ਕਾਰ। ਯਾਨੀ ਕਿ ਸਭ ਤਾਂ ਸਮਝ ਕੋਣੇ ਲੋਕ ਆ ਦੇਣ ਕੁੱਕੜ ਕੋ ਬਿਦਾ ਮਖਰੋਟ ਇਹ ਸ਼ਾਇਦ ਬਿਲਕੁਲ ਇਹ ਤਾਂ ਪੱਖੇ ਨਾ ਇੱਕ ਹਰ ਸ਼ਾਇਦ ਉਸ ਖਿਲਾ ਸਕਦੇ ਹੋ, ਠੀਕ ਹੈ, ਲੇਕਿਨ ਦੂਜੀ ਗੱਲ ਜਿਹੜੇ ਕੁੱਕੜ ਤਿਆਰ ਕਰਨ ਦੇ ਪਏ ਉਹਨੇ ਸ਼ਕੀਲ ਬਈ, ਉਸ ਕੋ ਬਿਦਾ ਵਗੈਰਾ ਖਵਾਉਣੇ ਚਾਹੀਦੇ, ਬਿਲਕੁਲ ਖਵਾਉਣੇ ਚਾਹੀਦੇ, ਬਿਲਕੁਲ ਸ਼ਕੀਲ ਬਈ। ਆਖਿਰ ਤੇ ਆਪਣੇ ਸ਼ੌਕੀਨਾਂ ਕੋ ਕਿਹੜਾ ਪੈਗਾਮ ਦੇ ਸੋ ਜਿਹੜੇ ਕੁੱਕੜ ਬਾਜ਼ ਹਨ, ਉਹਨਾਂ ਕਿਹੜਾ ਪੈਗਾਮ? ਉਹਨਾਂ ਦੇ ਮੈਂ ਸ਼ਕੀਲ ਬਈ ਇਹ ਪੈਗਾਮ ਦੇ ਸਾਂ ਕਿ ਅੱਛੀ ਸ਼ੌਕ ਹੈ ਕਰਨੀ ਚਾਹੀਦੀ ਹੈ, ਬਿਲਕੁਲ ਮਤਲਬ ਕਰਨੀ ਚਾਹੀਦੀ ਹੈ, ਲੇਕਿਨ ਸ਼ਕੀਲ ਬਈ ਕਹਿਣ ਪੈਗਾਮ ਮੈਂ ਇਹ ਦੇ ਸਭ ਸ਼ੌਕੀਨਾਂ ਕੋ ਕਿ ਅਗਰ ਇਹਨਾਂ ਦੀ ਸ਼ੌਕੀਨ ਕਰੇਂਦੇ ਹੋ ਤੁਸੀਂ ਮਤਲਬ ਸ਼ੌਕ ਕਰੇਂਦੇ ਹੋ, ਇਹਨਾਂ ਦਾ ਹੀ ਖਿਆਲ ਰੱਖਣਾ ਚਾਹੀਦਾ, ਕਿਉਂਕਿ ਇਨਸਾਨ ਆਪਣੀ ਸਿਹਤ ਦਾ ਬਹੁਤ ਖਿਆਲ ਰੱਖਦਾ ਨਾ, ਮਤਲਬ ਸਰਦੀਆਂ ਜਿੰਦਾ ਆਪਣਾ ਕੋਈ ਅਲੱਗ ਸੈਟਿੰਗ ਹੁੰਦੀ ਹੈ, ਗਰਮੀਆਂ ਚੁੰਦੀ ਅਲੱਗ ਹੁੰਦੀ ਹੈ, ਇਹਨਾਂ ਕੋਈ ਮਤਲਬ ਇਹ ਰੱਖਣਾ ਚਾਹੀਦਾ, ਇਹਨਾਂ ਦਾ ਮੁਕੰਮਲ ਇੱਕ ਇਲਾਜ ਕਰਨਾ ਚਾਹੀਦਾ ਹੈ, ਇਹਨਾਂ ਕੋਲ ਪ੍ਰੋਟੋਕੋਲ ਲਿਆਉਣਾ ਚਾਹੀਦਾ, ਕਿਉਂਕਿ ਇਹ ਤਾਂ ਪੱਖੇ ਨਾ, ਬਿਲਕੁਲ ਇਹਨਾਂ ਦਾ ਖਾਸ ਖਿਆਲ ਕਰਨਾ ਚਾਹੀਦਾ, ਬਿਲਕੁਲ ਸ਼ਕੀਲ ਬਈ। ਠੀਕ ਹੈ, ਤੁਸੀਂ ਦੇਦੇ ਪਿਆਵੇ ਅਹਿਸਾਨ ਜਾੜਾ ਸਾਹਿਬ ਦੀ ਗੁਫ਼ਤਗੂ ਸੁਣੀ ਨੇ, ਅਤੇ ਅਸਾਂ ਇਹਨਾਂ ਦੇ ਬਹੁਤ ਸ਼ੁਕਰਗੁਜ਼ਾਰ ਹਾਂ, ਅਤੇ ਸਾਨੂੰ ਕੋਈ ਇਜਾਜ਼ਤ ਦਿਓ, ਨੈਕਸਟ ਵੀਡੀਓ 'ਤੇ ਮਿਲ ਸੋ। ਅਸਲਾਮ ਅਲੈਕੁਮ। Oh!